ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਵੀਡੀਓ ਵਿੱਚ ਪੜ੍ਹਨ ਜਾ ਰਹੇ ਹਾਂ ਡਰਾਫਟਮੈਨ ਮਕੈਨੀਕਲ ਦੇ ਸਿਲੇਬਸ ਦੇ ਵਿੱਚ ਬੇਸਿਕ ਕੰਪਿਊਟਰ ਆਪਰੇਸ਼ਨ ਦੇ ਬਾਰੇ। ਇਸ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾ ਆਪਰੇਸ਼ਨ ਹੈਗਾ ਕ੍ਰੀਏਟ ਨਿਊ ਫੋਲਡਰ ਦਾ। ਇਹ ਆਪਣੇ ਕੋਲ ਡੈਸਕਟੌਪ ਹੈ, ਆਪਾਂ ਨੇ ਇਸ ਉੱਤੇ ਆਪਣੇ ਮਾਊਸ ਦੇ ਨਾਲ ਰਾਈਟ ਕਲਿੱਕ ਕਰਨਾ ਹੈ ਅਤੇ ਨਿਊ ਦੇ ਵਿੱਚ ਜਾਣਾ ਹੈ। ਇਸ ਤੋਂ ਬਾਅਦ ਫੋਲਡਰ 'ਤੇ ਕਲਿੱਕ ਕਰ ਦੇਣਾ ਹੈ। ਠੀਕ ਹੈ ਜੀ, ਇਹ ਆਪਣਾ ਨਿਊ ਫੋਲਡਰ ਬਣ ਗਿਆ ਅਤੇ ਇਸ ਨੂੰ ਆਪਾਂ ਨੇ ਕੋਈ ਵੀ ਨਾਮ ਦੇ ਲੈਣਾ ਹੈ। ਸਪੋਜ਼ ਮੈਂ ਇਸ ਨੂੰ ਨਾਮ ਦੇ ਰਿਹਾ DMM ਅਤੇ ਇਸ ਨੂੰ ਐਂਟਰ ਕਰ ਦੇਣਾ ਹੈ ਅਤੇ ਆਪਣਾ ਇਹ ਫੋਲਡਰ ਖੁੱਲ੍ਹ ਜਾਏਗਾ। ਉਸ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਕੋਈ ਸਬ ਫੋਲਡਰ ਐਡ ਕਰਨਾ ਹੈ। ਸਪੋਜ਼ ਕਰੋ ਤਾਂ ਆਪਾਂ ਕੀ ਕਰਾਂਗੇ, ਰਾਈਟ ਕਲਿੱਕ ਕਰਾਂਗੇ, ਇਸ ਫੋਲਡਰ ਦੇ ਵਿੱਚ ਅੰਦਰ ਆ ਕੇ ਨਿਊ ਕਰਾਂਗੇ ਅਤੇ ਫੋਲਡਰ ਦੇ ਉੱਤੇ ਕਲਿੱਕ ਕਰਾਂਗੇ। ਇਹਦਾ ਇੱਕ ਸਬ ਫੋਲਡਰ ਬਣ ਜਾਏਗਾ। ਸਬ ਫੋਲਡਰ ਦੇ ਵਿੱਚ ਆਪਾਂ ਕੋਈ ਵੀ ਇਸਨੂੰ ਨਾਮ ਦੇ ਸਕਦੇ ਹਾਂ। ਸਪੋਜ਼ ਇਸ ਨੂੰ ਆਪਾਂ ਨਾਮ ਦੇ ਦਿੱਤਾ ਟੈਸਟ, ਇਸ ਨੂੰ ਐਂਟਰ ਕਰ ਦੇਵਾਂਗੇ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਅੰਦਰ ਕੋਈ ਵੀ ਫਾਈਲ ਕ੍ਰੀਏਟ ਕਰਨੀ ਆ। ਫੋਲਡਰ ਦੇ ਅੰਦਰ ਆਪਾਂ ਨੇ ਕੋਈ ਵੀ ਫਾਈਲ ਕ੍ਰੀਏਟ ਕਰਨੀ ਆ, ਉਸ ਦੇ ਲਈ ਆਪਾਂ ਕੀ ਕਰਾਂਗੇ, ਰਾਈਟ ਕਲਿੱਕ ਕਰਾਂਗੇ ਅਤੇ ਨਿਊ ਦੇ ਵਿੱਚ ਜਾਵਾਂਗੇ। ਸਪੋਜ਼ ਆਪਾਂ ਨੇ ਮਾਈਕਰੋਸੋਫਟ ਵਰਲਡ ਦੀ ਜਾਂ ਮਾਈਕਰੋਸੋਫਟ ਐਕਸਲ ਦੀ ਫਾਈਲ ਕ੍ਰੀਏਟ ਕਰਨੀ ਹੈ ਤਾਂ ਆਪਾਂ ਕੀ ਕਰਾਂਗੇ, ਮਾਈਕਰੋਸੋਫਟ ਵਰਲਡ ਡਾਕੂਮੈਂਟ 'ਤੇ ਕਲਿੱਕ ਕਰਾਂਗੇ, ਉਸ ਨੂੰ ਆਪਾਂ ਕੋਈ ਵੀ ਨਾਮ ਦੇ ਲਵਾਂਗੇ। ਸਪੋਜ਼ ਆਪਾਂ ਨਾਮ ਦੇ ਦਿੱਤਾ Test1। ਠੀਕ ਆ, ਤਾਂ ਇਹ ਆਪਣੀ ਇੱਕ ਫਾਈਲ ਕ੍ਰੀਏਟ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ, ਸਪੋਜ਼ ਆਪਣੇ ਕੋਲ ਕੋਈ ਫੋਲਡਰ ਹੈ, ਸਪੋਜ਼ ਆਪਣੇ ਕੋਲ ਆਹ ਵਾਲਾ ਫੋਲਡਰ ਹੈਗਾ, ਉਹਦੇ ਵਿੱਚ ਆਪਾਂ ਨੇ ਕੋਈ ਫਾਈਲ ਸਰਚ ਕਰਨੀ ਹੈ, ਫਾਈਲ ਲੱਭਣੀ ਹੈ, ਤਾਂ ਆਪਾਂ ਪਹਿਲਾਂ ਫੋਲਡਰ ਨੂੰ ਖੋਲ੍ਹ ਲਵਾਂਗੇ। ਉਸ ਤੋਂ ਬਾਅਦ ਬਿਲਕੁਲ ਉੱਪਰਲੇ ਪਾਸੇ ਸੱਜੇ ਹੱਥ ਸਰਚ ਵੀਡੀਓ ਵੀਕ, ਸਰਚ ਫੋਲਡਰ ਦਾ ਜੋ ਨਾਮ ਹੋਏਗਾ ਉਹ ਸਰਚ ਦੀ ਆਪਸ਼ਨ ਬਣੇਗੀ ਉੱਥੇ। ਠੀਕ ਹੈ, ਸਪੋਜ਼ ਇਸ ਦੇ ਵਿੱਚ ਆਹ ਫਾਈਲਾਂ ਹਨ ਤਾਂ ਆਪਾਂ ਫਾਈਲ ਦਾ ਕੋਈ ਵੀ ਫਾਈਲ ਇਸ ਤੋਂ ਸਰਚ ਕਰ ਸਕਦੇ ਹਾਂ। ਸਪੋਜ਼ ਆਪਾਂ ਨੇ ਇਹ ਵਾਲੀ ਫਾਈਲ ਸਰਚ ਕਰਨੀ ਹੈ ਇੰਪਲਾਈਬਿਲਟੀ ਸਕਿੱਲਸ ਵਾਲੀ। ਠੀਕ ਹੈ, ਆਪਾਂ ਇੱਥੇ ਟਾਈਪ ਕੀ ਕਰਾਂਗੇ, ਇੰਪਲਾਈਬਿਲਟੀ ਸਕਿੱਲਸ। ਠੀਕ ਹੈ, ਤਾਂ ਆਪਣੀ ਉਹ ਵਾਲੀ ਫਾਈਲ ਜੋ ਹੈ ਉਹ ਆਪਣੇ ਕੋਲ ਸਰਚ ਹੋ ਜਾਏਗੀ। ਠੀਕ ਹੈ, ਉਸ ਨੂੰ ਆਪਾਂ ਫਾਈਲ ਨੂੰ ਖੋਲ੍ਹ ਕੇ ਦੇਖ ਸਕਦੇ ਹਾਂ। ਇਹ ਆਪਣੀ ਹੋ ਗਈ ਸਰਚ ਫਾਈਲ ਦੀ ਆਪਸ਼ਨ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਕਰਨਾ, ਆਪਾਂ ਨੇ ਫਾਈਲ ਨੂੰ ਸੋਰਟ ਕਰਨਾ। ਸੋਰਟ ਕਰਨ ਦਾ ਮਤਲਬ ਕੀ ਹੈ, ਉਸ ਨੂੰ ਰਾਈਟ ਕਲਿੱਕ ਕਰੋ ਮਾਊਸ ਦੇ ਨਾਲ, ਇੱਥੇ ਆਪਸ਼ਨ ਆਏਗੀ ਸੋਰਟ। ਪਹਿਲੀ ਆਪਸ਼ਨ ਹੈ ਸੋਰਟ ਬਾਏ ਨੇਮ। ਸੋਰਟ ਬਾਏ ਨੇਮ ਦਾ ਮਤਲਬ ਹੈ ਕਿ ਉਹ ਜਿਹੜੀ ਫਾਈਲ ਹੈ ਉਹ ਨੇਮ ਦੇ ਅਕੋਰਡਿੰਗ ਸੋਰਟ ਹੋਏਗੀ। ਠੀਕ ਹੈ ਜੀ, ਉਸ ਤੋਂ ਬਾਅਦ ਡੇਟ ਮੋਡੀਫਾਈਡ। ਡੇਟ ਫੋਰਡੀਫਾਈਡ ਦਾ ਮਤਲਬ ਹੈ ਜਿਸ ਡੇਟ ਨੂੰ ਉਹਨੂੰ ਆਪਾਂ ਨੇ ਮੋਡੀਫਾਈ ਕੀਤਾ ਹੈ ਉਸ ਡੇਟ ਦੇ ਅਕੋਰਡਿੰਗ ਉਹ ਮੋਡੀਫਾਈ ਹੋਏਗੀ। ਠੀਕ ਆ, ਪਹਿਲਾਂ ਸਭ ਤੋਂ ਲੇਟੈਸਟ ਫਾਈਲ, ਉਸ ਤੋਂ ਬਾਅਦ ਪਿਛਲੀਆਂ ਫਾਈਲਾਂ ਸ਼ੋ ਹੋਣ ਲੱਗ ਜਾਣਗੀਆਂ। ਉਸ ਤੋਂ ਬਾਅਦ ਅਗਲੀ ਆਪਸ਼ਨ ਹੈਗੀ ਹੈ ਟਾਈਪ। ਟਾਈਪ ਦਾ ਮਤਲਬ ਹੈ ਪਹਿਲਾਂ 4 ਫਾਈਲਾਂ PDF ਫਾਈਲਾਂ ਹਨ, ਉਸ ਤੋਂ ਬਾਅਦ ਇਹ DSC ਵਾਲੀ ਫਾਈਲ, ਇਹ ਇੱਕ ਫੋਟੋ ਹੈ, ਉਸ ਤੋਂ ਬਾਅਦ ਇਹ ਐਕਸਲ ਫਾਈਲ ਹੈ, ਇਹ ਵਰਲਡ ਦੀ ਫਾਈਲ ਹੈ ਅਤੇ ਇਹ ਇੱਕ ਵੀਡੀਓ ਫਾਈਲ ਹੈ। ਸੋ ਸਾਰੀਆਂ ਫਾਈਲਾਂ ਅਲੱਗ ਅਲੱਗ ਆਪਣੇ ਕੋਲ ਸੋਰਟ ਹੋ ਜਾਣਗੀਆਂ। ਉਸ ਤੋਂ ਬਾਅਦ ਸਾਈਜ਼ ਦੀ ਆਪਸ਼ਨ ਹੈ। ਸਾਈਜ਼ ਦੀ ਆਪਸ਼ਨ ਦਾ ਮਤਲਬ ਕੀ ਹੈ, ਸਾਰੀਆਂ ਫਾਈਲਾਂ ਜੋ ਹੈ ਸਾਈਜ਼ ਦੇ ਅਕੋਰਡਿੰਗ ਸ਼ੋਰਟ ਹੋਣਗੀਆਂ। ਸਭ ਤੋਂ ਉੱਪਰ ਵਾਲੀ ਫਾਈਲ ਸਭ ਵੱਡੀ ਹੋਏਗੀ, ਉਸ ਤੋਂ ਬਾਅਦ ਛੋਟੀ ਹੋਏਗੀ, ਫਿਰ ਹੋਰ ਛੋਟੀ, ਫਿਰ ਅਗਲੀ ਛੋਟੀ ਛੋਟੀ ਹੁੰਦੀ ਜਾਣਗੀਆਂ। ਠੀਕ ਹੈ ਜੀ, ਸਾਰੀਆਂ ਫਾਈਲਾਂ ਉੱਪਰ ਵੱਡਾ ਸਾਈਜ਼, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ। ਇਸ ਤਰ੍ਹਾਂ ਫਾਈਲਾਂ ਨੂੰ ਆਪਾਂ ਸੋਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲੀ ਆਪਸ਼ਨ ਹੈਗੀ ਆਪਣੇ ਕੋਲ ਕਾਪੀ ਫਾਈਲ ਦੀ। ਕਾਪੀ ਆਪਾਂ ਕਿੱਦਾਂ ਕਰਨੀ ਹੈ, ਕੋਈ ਵੀ ਫਾਈਲ ਇੱਕ ਫੋਲਡਰ 'ਚੋਂ ਦੂਸਰੇ ਫੋਲਡਰ ਦੇ ਵਿੱਚ ਕਾਪੀ ਆਪਾਂ ਕਿਸ ਤਰ੍ਹਾਂ ਕਰਾਂਗੇ, ਰਾਈਟ ਕਲਿੱਕ ਕਰਾਂਗੇ। ਠੀਕ ਆ, ਰਾਈਟ ਕਲਿੱਕ ਕਰਕੇ ਕਾਪੀ ਕਰਾਂਗੇ। ਉਸ ਤੋਂ ਬਾਅਦ ਜਿਸ ਫੋਲਡਰ ਦੇ ਵਿੱਚ ਕਾਪੀ ਕਰਨੀ ਹੈ ਉਸ ਫੋਲਡਰ ਨੂੰ ਖੋਲ੍ਹਾਂਗੇ। ਸਪੋਜ਼ ਆਪਾਂ ਨੇ ਇਸ DMM ਵਾਲੇ ਫੋਲਡਰ ਦੇ ਵਿੱਚ ਕਾਪੀ ਕਰਨੀ ਹੈ ਤਾਂ ਇੱਥੇ ਰਾਈਟ ਕਲਿੱਕ ਕਰਾਂਗੇ ਅਤੇ ਉੱਥੇ ਪੇਸਟ ਕਰ ਦੇਵਾਂਗੇ, ਤਾਂ ਆਹ ਆਪਣੀ ਜੋ ਫਾਈਲ ਹੈ ਉਹ ਪੇਸਟ ਹੋ ਗਈ। ਉਸ ਤੋਂ ਬਾਅਦ ਆਪਾਂ ਨੇ ਕ੍ਰੀਏਟ ਸ਼ਾਰਟਕੱਟ ਫੋਲਡਰ। ਸ਼ਾਰਟਕੱਟ ਫੋਲਡਰ ਦਾ ਮਤਲਬ ਕਿ ਸਪੋਜ਼ ਆਪਣੇ ਕੋਲ ਫੋਲਡਰ ਹੈ ਟੈਸਟ ਨਾਮ ਦਾ, ਆਪਾਂ ਇਹਦਾ ਸ਼ਾਰਟਕੱਟ ਫੋਲਡਰ ਬਣਾਉਣਾ। ਇਸ 'ਤੇ ਰਾਈਟ ਕਲਿੱਕ ਕਰਾਂਗੇ, ਰਾਈਟ ਕਲਿੱਕ ਕਰਕੇ ਕ੍ਰੀਏਟ ਸ਼ਾਰਟਕੱਟ, ਤਾਂ ਇਹ ਇਸ ਫੋਲਡਰ ਦਾ ਸ਼ਾਰਟਕੱਟ ਬਣ ਜਾਏਗਾ। ਉਸ ਤੋਂ ਬਾਅਦ ਆਪਾਂ ਨੇ ਕ੍ਰੀਏਟ ਸ਼ਾਰਟਕੱਟ ਆਈਕਨ ਡੈਸਕਟੋਪ। ਇਹ ਜਿਹੜਾ ਟੈਸਟ ਫੋਲਡਰ ਹੈ ਆਪਣੇ ਕੋਲ, ਆਪਾਂ ਨੇ ਇਸਦਾ ਡੈਸਕਟੋਪ ਦੇ ਉੱਤੇ ਸ਼ਾਰਟਕੱਟ ਬਣਾਉਣਾ। ਟੈਸਟ ਨੂੰ ਰਾਈਟ ਕਲਿੱਕ ਕਰਨਾ, ਦੈਨ ਸੈਂਡ ਟੂ ਡੈਸਕਟੋਪ, ਕ੍ਰੀਏਟ ਸ਼ਾਰਟਕੱਟ ਕਰ ਦੇਣਾ। ਇਸ 'ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆਪਣਾ ਡੈਸਕਟੋਪ ਦੇ ਉੱਤੇ ਟੈਸਟ ਫੋਲਡਰ, ਇਹ ਦੇਖੋ ਇਹ ਟੈਸਟ ਸ਼ਾਰਟਕੱਟ ਬਣ ਗਿਆ, ਡੈਸਕਟੋਪ ਦੇ ਉੱਤੇ ਇੱਕ ਸ਼ਾਰਟਕੱਟ ਬਣ ਗਿਆ। ਸੋ ਇਸ ਦਾ ਮਤਲਬ ਕੀ ਹੈ, ਅਗਰ ਆਪਾਂ ਨੇ ਜੇ ਇਹ ਵਾਲਾ ਫੋਲਡਰ ਸਿੱਧਾ ਹੀ ਖੋਲ੍ਹਣਾ ਹੋਵੇ
ਟੈਸਟ ਵਾਲਾ ਫੋਲਡਰ ਆਪਾਂ ਨੇ ਸਿੱਧਾ ਖੋਲ੍ਹਣਾ ਹੋਵੇ ਤਾਂ ਆਪਾਂ ਇਹ ਫੋਲਡਰ ਇੱਥੋਂ ਹੀ ਕਲਿੱਕ ਕਰਕੇ ਫੋਲਡਰ ਖੁੱਲ੍ਹ ਜਾਏਗਾ ਟੈਸਟ ਵਾਲਾ। ਉਸ ਤੋਂ ਬਾਅਦ ਅਗਲੀ ਆਪਸ਼ਨ ਹੈਗੀ ਆਪਣੇ ਕੋਲ ਆਪਣੇ ਅਗਰ ਕੋਈ ਵੀ ਫਾਈਲ ਆਪਣੀ ਪੈਨ ਡਰਾਈਵ ਜਾਂ ਕਿਸੇ ਵੀ ਰਿਮੂਵੇਬਲ ਡਿਸਕ ਦੇ ਵਿੱਚ ਪਾਉਣੀ ਹੈ ਤਾਂ ਉਹ ਕਿੱਦਾਂ ਪਾਉਣੀ ਹੈ। ਸਪੋਜ਼ ਆਪਣੇ ਕੋਲ ਆਹ ਫਾਈਲ ਹੈ, ਇਹਨੂੰ ਰਾਈਟ ਕਲਿੱਕ ਕਰਾਂਗੇ, ਦੈਨ ਸੈਂਡ ਟੂ। ਸੈਂਡ ਟੂ ਦੇ ਵਿੱਚ ਇੱਥੇ ਆਪਸ਼ਨ ਬਣ ਜਾਏਗੀ, ਕੋਈ ਵੀ ਆਪਣੇ ਕੋਲ ਜੋ ਆਪਾਂ ਨੇ ਪੈਨ ਡਰਾਈਵ ਲਗਾਈ ਹੋਈ ਤਾਂ ਆਪਾਂ ਉੱਥੇ ਸੈਂਡ ਕਰ ਦੇਣੀ ਹੈ। ਸਪੋਜ਼ ਆਪਾਂ ਨੇ ਡਾਕੂਮੈਂਟ ਦੇ ਵਿੱਚ ਸੈਂਡ ਕੀਤੀ, ਦੈਨ ਉਹ ਡਾਕੂਮੈਂਟ ਦੇ ਵਿੱਚ ਚਲੇ ਜਾਏਗੀ। ਠੀਕ ਹੈ ਜੀ, ਇਹ ਸੀ ਆਪਣੇ ਕੰਪਿਊਟਰ ਦੇ ਬੇਸਿਕ ਫੰਡਾਮੈਂਟਲਸ।